ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ, ਤੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ, ਤੇ ਬਹੁਤ ਹੀ ਸੌਖਾ ਡਿਜ਼ਾਈਨ ਆ। ਉਲਟੀਆਂ ਸਿੱਧੀਆਂ ਸਿਲਾਈਆਂ ਦਾ ਡਿਜ਼ਾਈਨ ਆ, ਸਿਰਫ ਉਲਟੇ ਸਿੱਧੇ ਕੁੰਡੇ ਹੀ ਆਪਾਂ ਉਣਨੇ ਨੇ, ਉਲਟੀ ਔਰ ਸਿੱਧੀ ਸਿਲਾਈ ਉਣਨੀ ਆ, ਤੇ ਬਹੁਤ ਹੀ ਪਿਆਰਾ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੋ ਜਾਣਾ ਹੈ। ਤੇ ਇਸ ਡਿਜ਼ਾਈਨ ਨੂੰ ਤੁਸੀਂ ਜੈਂਟਸ ਕੋਟੀ ਤੇ, ਲੇਡੀਜ਼ ਕੋਟੀ ਤੇ, ਬੱਚਿਆਂ ਦੀ ਕੋਟੀ ਤੇ ਕਿਤੇ ਵੀ ਪਾ ਸਕਦੇ ਜੇ, ਤੇ ਇਸ ਨੂੰ ਕਿਸੇ ਵੀ ਕਲਰ ਤੇ ਤੁਸੀਂ ਪਾ ਸਕਦੇ ਜੇ। ਬਲੈਕ ਕਲਰ ਤੇ ਵੀ ਇਹ ਵਾਲਾ ਡਿਜ਼ਾਈਨ ਜਿਹੜਾ ਪੈ ਜਾਏਗਾ, ਬਹੁਤ ਆਸਾਨ ਤਰੀਕੇ ਦੇ ਨਾਲ ਪੈ ਜਾਏਗਾ, ਕੋਈ ਉਣਨ ਵਿੱਚ ਮੁਸ਼ਕਲ ਨਹੀਂ ਆਏਗੀ, ਕਿਉਂਕਿ ਉਲਟੇ ਸਿੱਧੀਆਂ ਸਿਲਾਈਆਂ ਦਾ ਹੀ ਡਿਜ਼ਾਈਨ ਹੈ। ਤੇ ਡਿਜ਼ਾਈਨ ਨੂੰ ਬਣਾਉਣ ਵਾਸਤੇ 7-7 ਦੇ ਹਿਸਾਬ ਨਾਲ ਆਪਾਂ ਕੁੰਡੇ ਲਵਾਂਗੇ, 7-7 ਦੇ ਹਿਸਾਬ ਨਾਲ ਕੁੰਡੇ ਲੈ ਕੇ 3 ਕੁੰਡੇ ਵਾਧੂ ਲੈ ਲਾਂਗੇ, ਤੇ ਡਿਜ਼ਾਈਨ ਜਿਹੜਾ ਸਾਡਾ ਬਿਲਕੁਲ ਪੂਰਾ ਆ ਜਾਏਗਾ, ਤੇ ਬਹੁਤ ਹੀ ਸੌਖਾ ਡਿਜ਼ਾਈਨ ਹੈ। 6 ਸਿਲਾਈਆਂ ਦਾ ਟੋਟਲ ਡਿਜ਼ਾਈਨ ਹੈ, 6 ਸਿਲਾਈਆਂ ਰਿਪੀਟ ਕਰਦੇ ਜਾਣਾ ਹੈ, ਤੇ ਡਿਜ਼ਾਈਨ ਸਾਡਾ ਜਿਹੜਾ ਉਹ ਬਣਦਾ ਜਾਣਾ ਆ। ਹੁਣ ਪਹਿਲੀ ਸਿਲਾਈ ਹੈ ਡਿਜ਼ਾਈਨ ਦੀ, ਸਿੱਧੇ ਪਾਸਿਓਂ ਪਹਿਲਾ ਕੁੰਡਾ ਉਤਾਰ ਲਿਆ, ਧਾਗਾ ਆਪਣੀ ਵਾਲੀ ਸਾਈਡ ਕਰਾਂਗੇ, ਇੱਕ ਕੁੰਡਾ ਉਲਟਾ, ਧਾਗਾ ਪਿੱਛੇ ਕਰਾਂਗੇ, 6 ਕੁੰਡੇ ਸਿੱਧੇ, 1 2 3 4 5 6, ਇਹੀ 7 ਕੁੰਡੇ ਆਪਾਂ ਪੂਰੀ ਸਿਲਾਈ ਦੇ ਵਿੱਚ ਰਿਪੀਟ ਕਰਨੇ ਆ। ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ, 1 ਕੁੰਡਾ ਉਲਟਾ, ਧਾਗਾ ਪਿੱਛੇ ਕਰਾਂਗੇ, 6 ਕੁੰਡੇ ਸਿੱਧੇ, 1 2 3 4 5 6, ਧਾਗਾ ਆਪਣੀ ਵਾਲੀ ਸਾਈਡ, ਲਾਸਟ 'ਤੇ 1 ਕੁੰਡਾ ਉਲਟਾ ਬਣਾ ਲਾਂਗੇ, ਅਤੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਸਿੱਧਾ ਬਣਾ ਲਾਂਗੇ। ਪਹਿਲੀ ਸਿਲਾਈ ਬਣ ਗਈ ਡਿਜ਼ਾਈਨ ਦੀ। ਹੁਣ ਆ ਗਏ ਹਾਂ ਦੂਸਰੀ ਸਿਲਾਈ 'ਤੇ, ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ, ਬਾਕੀ ਸਾਰੇ ਕੁੰਡੇ ਆਪਾਂ ਉਲਟੇ ਉਲਟੇ ਬਣਾ ਲੈਣੇ ਆ। ਸਾਰੇ ਹੀ ਕੁੰਡੇ ਆਪਾਂ ਉਲਟੇ ਉਲਟੇ ਬਣਾ ਲੈਣੇ ਆ। ਬਹੁਤ ਹੀ ਸੌਖਾ ਡਿਜ਼ਾਈਨ ਆ, ਅਤੇ ਬਹੁਤ ਪਿਆਰਾ ਲੱਗਦਾ ਆ ਬਣਿਆ ਹੋਇਆ। ਤੁਸੀਂ ਇਸ ਨੂੰ ਕਿਸੇ ਵੀ ਪ੍ਰੋਜੈਕਟ 'ਤੇ ਬਣਾ ਸਕਦੇ ਜੇ, ਲੇਡੀਜ਼ 'ਤੇ, ਬੱਚਿਆਂ 'ਤੇ, ਕਿਤੇ ਵੀ ਤੁਸੀਂ ਇਸ ਨੂੰ ਬਣਾ ਕੇ ਰੈਡੀ ਕਰ ਸਕਦੇ ਜੇ। ਬਹੁਤ ਹੀ ਆਸਾਨ ਡਿਜ਼ਾਈਨ ਆ। ਹੁਣ ਆ ਗਿਆ ਤੀਸਰੀ ਸਿਲਾਈ 'ਤੇ, ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ, ਫਿਰ ਧਾਗਾ ਆਪਣੀ ਸਾਈਡ ਕਰਾਂਗੇ, 1 ਕੁੰਡਾ ਉਲਟਾ, ਜਿਸ ਤਰ੍ਹਾਂ ਆਪਾਂ ਪਹਿਲੀ ਸਿਲਾਈ ਬਣਾਈ ਸੀ। ਫਿਰ 6 ਕੁੰਡੇ ਸਿੱਧੇ ਬਣਾਵਾਂਗੇ, ਫਿਰ 1 ਕੁੰਡਾ ਉਲਟਾ, ਜਿਵੇਂ ਪਹਿਲੀ ਸਿਲਾਈ ਬਣਾਈ ਸੀ ਉਸੇ ਤਰ੍ਹਾਂ ਹੀ ਤੀਸਰੀ ਸਿਲਾਈ ਵੀ ਬਣਨੀ ਹੈ। ਹੁਣ ਚੌਥੀ ਸਿਲਾਈ ਦੇ ਵਿੱਚ ਉਲਟੇ ਪਾਸਿਓਂ ਜਾ ਕੇ ਆਪਾਂ ਡਿਜ਼ਾਈਨ ਬਣਾਉਣਾ ਹੈ। ਇਹ ਸਾਡੀ ਬਣ ਗਈ ਤੀਸਰੀ ਸਿਲਾਈ। ਪਹਿਲੀ ਸਿਲਾਈ ਵੀ ਇਸ ਤਰ੍ਹਾਂ ਹੀ ਬਣਾਈ ਆ, ਤੀਸਰੀ ਸਿਲਾਈ ਵੀ ਇਸ ਤਰ੍ਹਾਂ ਹੀ ਬਣਾਈ ਆ। ਹੁਣ ਆ ਗਏ ਅਸੀਂ ਚੌਥੀ ਸਿਲਾਈ 'ਤੇ, ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ, ਫਿਰ 1 ਕੁੰਡਾ ਉਲਟਾ ਬਣਾਵਾਂਗੇ। 1 ਕੁੰਡਾ ਉਲਟਾ ਬਣਾਉਣ ਤੋਂ ਬਾਅਦ ਹੁਣ ਵੇਖੋ ਅਗਲੇ 6 ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਦੋ ਦੋ ਵਲ ਪਾਉਣੇ ਆ, 1 2 3 4 5 6, 6 ਕੁੰਡਿਆਂ ਨੂੰ ਆਪਾਂ ਦੋ ਦੋ ਵਲ ਪਾ ਲੈਣੇ ਆ। ਇਹ ਦੋ ਵਲ ਆਪਾਂ ਕੁੰਡਿਆਂ ਨੂੰ ਲੂਜ਼ ਕਰਨ ਵਾਸਤੇ ਪਾਉਣੇ ਆ। ਹੁਣ 1 ਕੁੰਡਾ ਜਿਹੜਾ ਵਿੱਚ ਆਪਾਂ ਬਣਾਇਆ ਸੀ ਉਹਨੂੰ
ਉਲਟਾ ਬਣਾ ਲੈਣਾ। ਫਿਰ ਅਗਲੇ 6 ਕੁੰਡਿਆਂ ਨੂੰ ਦੋ ਦੋ ਵਾਲ ਪਾਵਾਂਗੇ। ਹਰ ਇੱਕ ਕੁੰਡੇ ਨੂੰ ਇਸ ਤਰ੍ਹਾਂ ਦੋ ਦੋ ਵਾਲ ਆਪਾਂ ਪਾਉਂਦੇ ਜਾਣਾ ਹੈ। ਲਾਸਟ 'ਤੇ ਅਗਲਾ ਕੁੰਡਾ ਜਿਹੜਾ ਇੱਕ ਹੀ ਸਿੰਪਲ ਬਣੇਗਾ, ਇਹਨੂੰ ਵਲ ਨਹੀਂ ਪੈਣਾ, ਅਤੇ ਲਾਸਟ ਵਾਲਾ ਕੁੰਡਾ ਵੀ ਉਲਟਾ। ਚੌਥੀ ਸਿਲਾਈ ਬਣ ਗਈ ਆ। ਹੁਣ ਪੰਜਵੀਂ ਸਿਲਾਈ ਤੁਸੀਂ ਧਿਆਨ ਨਾਲ ਵੇਖਣੀ ਆ। ਪਹਿਲਾ ਕੁੰਡਾ ਉਤਾਰ ਲਿਆ, ਫਿਰ ਧਾਗਾ ਆਪਣੀ ਸਾਈਡ ਕਰਾਂਗੇ, ਇੱਕ ਕੁੰਡਾ ਉਲਟਾ ਬਣਾ ਲੈਣਾ, ਧਾਗਾ ਪਿੱਛੇ ਕਰਾਂਗੇ। ਹੁਣ ਇਹ ਜਿਹੜੇ 6 ਕੁੰਡੇ, ਇਹਨਾਂ ਨੂੰ ਆਪਾਂ ਲੂਜ਼ ਕਰ ਲੈਣਾ। 1, 2, 3, 4, 5, 6 6 ਕੁੰਡਿਆਂ ਨੂੰ ਲੂਜ਼ ਕਰਕੇ ਫਿਰ ਇੱਧਰ ਵਾਲੀ ਸਿਲਾਈ 'ਤੇ ਪਾ ਲੈਣਾ ਆਪਾਂ, ਖੱਬੇ ਹੱਥ ਵਾਲੀ ਸਿਲਾਈ 'ਤੇ। ਖੱਬੇ ਹੱਥ ਵਾਲੀ ਸਿਲਾਈ 'ਤੇ ਪਾਉਣ ਤੋਂ ਬਾਅਦ ਵੇਖੋ ਕੀ ਕਰਨਾ ਆ। 1, 2 ਅਤੇ 3 ਕੁੰਡੇ ਪਹਿਲੇ ਛੱਡ ਦੇਣੇ ਆ। ਅਗਲੇ 3 ਕੁੰਡਿਆਂ ਨੂੰ ਇਸ ਤਰ੍ਹਾਂ ਸਿਲਾਈ ਦੇ ਉੱਪਰ ਪਾ ਕੇ, ਅਤੇ ਇਹਨਾਂ ਦੇ ਉੱਪਰੋਂ ਇਸ ਤਰ੍ਹਾਂ ਉੱਪਰੋਂ ਦੀ ਲੰਘਾ ਦੇਣਾ, ਇੱਕ ਮਤਲਬ ਕ੍ਰੋਸ ਹੋ ਜਾਣਾ ਇਹ। ਹੁਣ ਇਹਨਾਂ ਨੂੰ ਇੱਧਰ ਵਾਲੀ ਸਿਲਾਈ 'ਤੇ ਪਾ ਕੇ ਫਿਰ ਆਪਾਂ ਇਹ ਸਾਰੇ ਕੁੰਡਿਆਂ ਨੂੰ ਹੁਣ ਸਿੱਧੇ ਬਣਾਵਾਂਗੇ। 1, 2, 3, 4, 5, 6 6 ਕੁੰਡੇ ਆਪਾਂ ਇਸ ਤਰ੍ਹਾਂ ਕਰਕੇ ਸਿੱਧੇ ਬਣਾਤੇ। ਹੁਣ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ, ਇੱਕ ਕੁੰਡਾ ਉਲਟਾ ਬਣਾਵਾਂਗੇ, ਧਾਗਾ ਪਿੱਛੇ ਕਰਾਂਗੇ। ਹੁਣ ਫਿਰ ਇਹਨਾਂ ਨੂੰ ਲੂਜ਼ ਕਰਾਂਗੇ, 1, 2, 3, 4, 5, 6 6 ਨੂੰ ਲੂਜ਼ ਕਰਕੇ ਫਿਰ ਖੱਬੇ ਹੱਥ ਵਾਲੀ ਸਿਲਾਈ 'ਤੇ ਹੀ ਪਾ ਲੈਣਾ ਵਾ। ਖੱਬੇ ਹੱਥ ਵਾਲੀ ਸਿਲਾਈ 'ਤੇ ਪਾਉਣ ਤੋਂ ਬਾਅਦ 3 ਕੁੰਡੇ ਲੈਣੇ ਅਗਲੇ ਪਾਸੇ ਵਾਲੇ, ਇਹਨਾਂ ਨੂੰ ਇਹਨਾਂ ਦੇ ਉੱਪਰੋਂ ਦੀ ਕ੍ਰੋਸ ਕਰਨਾ ਆ, ਅੱਗੋਂ ਦੀ ਕ੍ਰੋਸ ਨਹੀਂ ਕਰਨਾ, ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਵੀਡੀਓ ਦੇ ਵਿੱਚ, ਉੱਪਰੋਂ ਦੀ ਇਸ ਤਰ੍ਹਾਂ ਕਰਕੇ ਕ੍ਰੋਸ ਕਰ ਦੇਣਾ ਆ। ਫਿਰ ਇੱਧਰ ਵਾਲੀ ਸਿਲਾਈ 'ਤੇ ਪਾ ਲੈਣਾ ਆ। ਫਿਰ ਇਹਨਾਂ ਸਾਰਿਆਂ ਨੂੰ ਸਿੱਧੇ ਬਣਾਉਣਾ, 1, 2, 3, 4, 5, 6 ਹੁਣ ਧਾਗਾ ਇੱਧਰ ਕਰਾਂਗੇ, ਇੱਕ ਕੁੰਡਾ ਉਲਟਾ, ਧਾਗਾ ਪਿੱਛੇ ਕਰਾਂਗੇ, ਲਾਸਟ ਵਾਲਾ ਕੁੰਡਾ ਸਿੱਧਾ। ਪੰਜਵੀਂ ਸਿਲਾਈ ਬਣ ਗਈ ਡਿਜ਼ਾਈਨ ਦੀ। ਹੁਣ 6ਵੀਂ ਸਿਲਾਈ ਉਲਟੇ ਪਾਸੇ, ਉਹ ਪਹਿਲਾ ਕੁੰਡਾ ਉਤਾਰ ਲਿਆ, ਬਾਕੀ ਸਾਰੇ ਕੁੰਡੇ ਆਪਾਂ ਉਲਟੇ ਉਲਟੇ ਬਣਾ ਲੈਣੇ। ਉਲਟੀਆਂ ਸਿਲਾਈਆਂ ਇਹਦੇ ਵਿੱਚ ਸਾਰੀਆਂ ਹੀ ਉਲਟੀਆਂ ਬਣਨੀਆਂ ਨੇ, ਅਤੇ 6 ਸਿਲਾਈਆਂ ਅਸੀਂ ਇਹੀ ਰਿਪੀਟ ਕਰਦੇ ਜਾਣਾ ਬਾਰ ਬਾਰ, ਅਤੇ ਡਿਜ਼ਾਈਨ ਸਾਡਾ ਜਿਹੜਾ ਬਣਦਾ ਜਾਣਾ ਹੈ। ਚੌਥੀ ਔਰ ਪੰਜਵੀਂ ਸਿਲਾਈ ਦੇ ਵਿੱਚ ਡਿਜ਼ਾਈਨ ਬਣੇਗਾ, ਬਾਕੀ 4 ਸਿਲਾਈਆਂ ਜਿਹੜੀਆਂ ਉਹ ਉਲਟੀਆਂ ਸਿੱਧੀਆਂ ਹੀ ਬਣਨੀਆਂ ਨੇ। ਇਸ ਤਰ੍ਹਾਂ 6 ਸਿਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਬਣ ਜਾਂਦਾ ਹੈ। ਜਦੋਂ ਆਪਾਂ ਅੱਗੇ ਤੋਂ ਅੱਗੇ ਡਿਜ਼ਾਈਨ ਨੂੰ ਬਣਾਉਂਦੇ ਜਾਵਾਂਗੇ, ਤਾਂ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਏਗਾ। ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਆ,
ਅਤੇ ਬਹੁਤ ਆਸਾਨੀ ਦੇ ਨਾਲ ਬਣ ਜਾਂਦਾ ਕਿਉਂਕਿ ਉਲਟੀਆਂ ਸਿੱਧੀਆਂ ਹੀ ਸਿਲਾਈਆਂ ਦਾ ਸਾਰਾ ਡਿਜ਼ਾਇਨ ਆ ਅਤੇ ਬਹੁਤ ਹੀ ਪਿਆਰਾ ਲੱਗਦਾ ਹੈ ਬਣਿਆ ਹੋਇਆ। ਤੁਸੀਂ ਕਿਤੇ ਵੀ ਬਣਾ ਸਕਦੇ ਜੇ ਇਸ ਡਿਜ਼ਾਇਨ ਨੂੰ। ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਚੈਨਲ 'ਤੇ ਪਹਿਲੀ ਵਾਰੀ ਆਏ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਇਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।